ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਕੋਸ਼ਿਸ਼ ਕਰੀ ਦੀ ਹੈ ਕਿ ਪਿਛਲੇ 24 ਘੰਟੇ ਵਿੱਚ ਜੋ ਕੁਝ ਵੀ ਵਾਪਰਿਆ ਹੈ ਤੁਹਾਡੇ ਸਾਹਮਣੇ ਰੱਖੀਏ ਤੇ ਵੈਸੇ ਪਿਛਲੇ 24 ਘੰਟੇ ਵਿੱਚ ਬਹੁਤ ਕੁਝ ਵਾਪਰਿਆ ਹੈ ਮਨਪ੍ਰੀਤ ਸਿੰਘ ਬਾਦਲ ਪਾਜਪਾ ਵਿੱਚ ਸ਼ਾਮਲ ਹੋਏ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਗੱਡੀ ਦੇ ਉੱਪਰ ਹਮਲਾ ਹੁੰਦਾ ਹੈ ਕਾਰਨ ਕੀ ਹੈ ਕਈ ਕਾਰਨ ਹੋ ਸਕਦੇ ਆ ਪੰਨੂ ਸਾਹਿਬ ਦਾ ਸਵਾਗਤ ਕਰਦੇ ਆ ਕਰਦੇ ਖਬਰਾਂ ਤੇ ਚਰਚਾ ਪੰਨੂ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨ ਭਾਜਪਾ ਵਿੱਚ ਸ਼ਾਮਲ ਹੋ ਗਏ ਤੇ ਕਾਂਗਰਸ ਤੇ ਜਾਣ ਵਾਲੇ 6ਵੇਂ ਇਸ ਤਰ੍ਹਾਂ ਦੇ ਸਾਬਕਾ ਮੰਤਰੀਆ ਜੋ ਭਾਜਪਾ ਵੱਲ ਗਏ ਐ ਵੈਸੇ ਤਾਂ ਪੰਜਾਬ ਕਾਂਗਰਸ ਵਿੱਚ ਜਦੋਂ ਲੀਡਰ ਹੁੰਦੇ ਐ ਤਦ ਉਹਨੂੰ ਦੱਸਦੇ ਕਿੰਦਾਂ ਦੀ ਐ ਪਰ ਦੂਸਰੇ ਪਾਸੇ ਜਾ ਕੇ ਕਹਿੰਦੇ ਸਾਨੂੰ ਸ਼ੇਰਾਂ ਦੇ ਨਾਲ ਮੁਲਾਕਾਤ ਕੀਤੀ ਐ ਤਾਂ ਕਰਕੇ ਮਨ ਬਣਿਆ ਕਿਵੇਂ ਦੇਖਦੇ ਇੱਕ ਪਾਸੇ ਭਾਰ ਜੋੜ ਯਾਤਰਾ ਇਧਰ ਕਾਂਗਰਸ ਟੁੱਟੀ ਜਾਂਦੀ ਐ ਦੇਖੋ ਪੰਜਾਬ ਵਿੱਚ ਬਹੁਤ ਸਾਰੇ ਲੋਕਾਂ ਨੇ ਦਲ ਬਦਲੀਆਂ ਕੀਤੀਆਂ ਜੀ ਕਿਸੇ ਦਾ ਨਹੀਂ ਕਿਸੇ ਪਾਰਟੀ ਚ ਨਿਭਾਵੰਦਾ ਛੱਡਦਾ ਦੂਜੀ ਚ ਚੱਲ ਜਾਂਦਾ ਜੀ ਇਹ ਤਾਂ ਹੁਣ ਇੱਕ ਆਮ ਵਰਤਾਰਾ ਪਰ ਮਨਪ੍ਰੀਤ ਸਿੰਘ ਬਾਦਲ ਦੀ ਦਲਬਦਲੀ ਬਾਕੀ ਹੁਣ ਤੱਕ ਦੀਆਂ ਸਾਰੀਆਂ ਦਲਬਦਲੀਆਂ ਤੋਂ ਵੱਖਰੀ ਹੈ ਜੀ ਕੋਈ ਕਹਿੰਦਾ ਤੀਜੀ ਥਾਂ ਆ ਕੋਈ ਕਹਿੰਦਾ ਚੌਥੀ ਥਾਂ ਮੈਂ ਕਹਿੰਨਾ ਪੰਜਵੀਂ ਥਾਂ ਜੀ ਦਲਬਦਲੀਆਂ ਦਾ ਰਿਕਾਰਡ ਬਣਾਇਆ ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਬਣਾਇਆ ਇਹ ਜਦੋਂ ਅਜੇ ਸਰਗਰਮ ਰਾਜਨੀਤੀ ਚ ਪੰਜਾਬ ਵਿੱਚ ਨਹੀਂ ਸੀ ਜੀ ਉਤੋਂ ਪਹਿਲਾਂ ਇੱਥੇ ਵੀ ਤੇ ਪੰਜਾਬ ਤੋਂ ਬਾਹਰ ਜਿੱਥੇ ਹੁੰਦਾ ਸੀ ਉੱਥੇ ਵੀ ਇਹ ਕਾਮਰੇਡਾਂ ਦੀ ਬਹਿਣੀ ਚ ਹੁੰਦਾ ਸੀ ਆ ਜਿਹੜੇ ਸ਼ੇਰੇ ਭਾਸ਼ਣਾ ਵਿੱਚ ਪੜਦਾ ਇਹ ਸ਼ੇਰ ਅਕਾਲੀਆਂ ਨੇ ਥੋੜਾ ਸਿਖਾਤਿਆ ਅਕਾਲੀਆਂ ਦੇ ਵਿੱਚੋਂ ਤਾਂ ਅਧਿਆਤ ਤੋਂ ਜ਼ਿਆਦਾ ਇਹੋ ਜਿਹੇ ਆ ਜਿਨ੍ਹਾਂ ਨੂੰ ਦਸਾਂ ਗੁਰੂਆਂ ਦੇ ਨਾਂ ਨਹੀਂ ਆਉਂਦੇ ਜੀ ਤੇ ਉਹਨਾਂ ਨੇ ਇਹਨੂੰ ਕਿ ਸਿਖਾਉਣਾ ਸੀ ਇਹ ਜਿੰਨਾ ਪੜਿਆ ਘੁੜਿਆ ਬੰਦਾ ਉਹ ਇਸ ਕਰਕੇ ਕਿ ਉਹਨਾਂ ਕਾਮਰੇਡਾਂ ਜਿਵੇਂ ਦੇ ਸੀ ਜਿਹੜੇ ਹੋਰ ਕੋ ਬਾਹਰ ਜਨਤਕ ਕੰਮ ਕਰਨਾ ਕਰਨ ਪੜਦੇ ਵੀ ਬਹੁਤ ਸੀ ਤੇ ਵਿਚਾਰਾਂ ਬਹਿਸਾਂ ਵਿੱਚ ਬਹੁਤ ਕਰਦੇ ਸੀ ਉੱਥੋਂ ਆਇਆ ਤੇ ਇਕੱਲੇ ਬਣ ਗਿਆ ਗਦਰਬਾਹ ਤੇ ਜਿੱਤ ਗਿਆ ਤਾਏ ਦੀ ਮਦਦ ਨਾਲ ਜੀ ਤਾਏ ਨੇ ਟਿਕਟ ਦਿੱਤੀ ਤਾਏ ਨੇ ਪ੍ਰਚਾਰ ਕਰਨ ਵਾਲਿਆਂ ਦੇ ਫਿਰ 2010 ਵਿੱਚ ਨੇ ਅਕਾਲੀ ਦਲ ਨੂੰ ਛੱਡਿਆ ਉਦੋਂ ਇੱਕ ਖਜ਼ਾਨਾ ਮੰਤਰੀ ਹੁੰਦਾ ਸੀ ਅਕਾਲੀਆਂ ਦਾ 12 ਚ ਨੇ ਫਿਰ ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ 117 ਸੀਟਾਂ ਦੇ ਉੱਤੇ ਚੋਣ ਲੜਨ ਦੀ ਅਗਵਾਈ ਕੀਤੀ ਦੋ ਸੀਟਾਂ ਖੁਦ ਲੜੀਆਂ ਕਹਿੰਦਾ ਸੀ 100 ਸੀਟਾਂ ਆ ਜਾਣੀਆਂ ਮੈਂ ਹੱਸੇ ਰਿਹਾ ਆਖਿਆ ਸੀ ਮੈਂ ਕਿਹਾ ਜ਼ੀਰੋ ਬੁੱਝ ਜਾਣੇ 10 ਘਾਜਣ ਬਹੁਤ ਆ ਉਹ ਅੱਖਰ ਤੇ ਇੱਕ ਹੀ ਬੁਝਿਆ ਪਰ ਜ਼ੀਰੋ ਨਹੀਂ ਬੁਝੀ ਏਕਾ ਬੁਝ ਗਿਆ ਬਾਕੀ ਜ਼ੀਰੋ ਜ਼ੀਰੋ ਜੀ ਮੈਂ ਜ਼ੀਰੋ ਕੱਲਾ ਵੀ ਅਕਸਰਾ ਜ਼ੀਰੋ 02 ਵਾਰੀ ਮੈਸ ਕਰਕੇ ਆਖਿਆ ਕਿ ਆਪ ਦੋ ਸੀਟਾਂ ਤੋਂ ਖੜਾ ਸੀ ਦੋਵਾਂ ਥਾਵਾਂ ਤੋਂ ਜ਼ੀਰੋ ਤੇ ਜ਼ੀਰੋ ਹੀ ਆਇਆ ਉੱਥੇ ਵੀ ਗੱਲ ਨਾ ਬਣੀ ਕਮਾਲ ਇਹ ਕਰ ਦਿੱਤੀ ਕਿ ਸਿਰਫ ਦੋ ਸਾਲ ਲੰਘੇ 2014 ਚ ਇਹਨੇ ਕਾਂਗਰਸ ਵੱਲੋਂ ਆਪਣੀ ਪਰਜਾਈ ਦੇ ਖਿਲਾਫ ਬਠਿੰਡੇ ਤੋਂ ਲੋਕ ਸਭਾ ਦੀ ਚੋਣ ਲੜੀ ਪ੍ਰਧਾਨ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦਾ ਤੇ ਚੋਣੇ ਨੇ ਕਾਂਗਰਸ ਦੇ ਚੋਣ ਨਿਸ਼ਾਨ ਤੇ ਲੜੀ ਤੇ ਇੱਕ ਪੱਤਰਕਾਰ ਨੇ ਪੁੱਛ ਲਿਆ ਤੁਸੀਂ ਜੀ ਉਹ ਜਿਹੜੀ ਪੀਪਲਸ ਪਾਰਟੀ ਆ ਪੰਜਾਬ ਸੀ ਉਹ ਤੋੜ ਦਿੱਤੀ ਆ ਕਿ ਕਾਂਗਰਸ ਵਿੱਚ ਅਮਰਜ ਕਰਤੀ ਆ ਜੀ ਕਹਿੰਦਾ ਨਹੀਂ ਤੋੜੀ ਵੀ ਨਹੀਂ ਅਮਰਜ ਵੀ ਨਹੀਂ ਕੀਤੀ ਸਿਰਫ ਉਹਨਾਂ ਦੀ ਟਿਕਟ ਦੇ ਉੱਤੇ ਮੈਂ ਚੋਣ ਹੀ ਲੜ ਰਿਹਾ ਇਹ ਕਿੱਦਾਂ ਹੋ ਸਕਦਾ ਕਿ ਕੋਈ ਬੰਦਾ ਇੱਕ ਪਾਰਟੀ ਦਾ ਪ੍ਰਧਾਨ ਹੋਵੇ ਤੇ ਦੂਸਰੀ ਪਾਰਟੀ ਦੀ ਟਿਕਟ ਤੇ ਚੋਣ ਨਿਸ਼ਾਨ ਤੇ ਚੋਣ ਲੜੇ ਤੇ ਆਪਣੀ ਪਤੰਗ ਨੂੰ ਨੁੱਕਰ 'ਚ ਰੱਖ ਆਵੇ ਇਹ ਜਿਹੜੀ ਚੌਥੀ ਪਾਰਟੀ ਸੀ ਜਿਹਦੇ ਵਿੱਚ ਸ਼ਾਮਲ ਹੋ ਗਿਆ ਤੇ ਮੁੜ ਕੇ ਉਹਨਾਂ ਵੱਲੋਂ ਇੱਕ ਜਨਮંત્રી ਬਣ ਗਿਆ ਜੀ ਯਾਨੀ ਕਾਮਰੈਡਾਂ ਤੋਂ ਕਾਲੀ ਕਾਲੀਆਂ ਤੋਂ ਪਤੰਗਬਾਜ਼ ਪਤੰਗਬਾਜ਼ ਤੋਂ ਮੁੜ ਕੇ ਹੱਥ ਦਾ ਚੋਣ ਨਿਸ਼ਾਨ ਹੁਣ ਭਾਜਪਾ ਤੱਕ ਚਲਾ ਗਿਆ ਮੈਂ ਕਹੂੰਗਾ ਰਾਜਨੀਤਿਕਤਾ ਉਹਦੇ ਜਿੱਦਾਂ ਦੀ ਹੁਣ ਸਾਨੂੰ ਪਤਾ ਲੱਗ ਗਈ ਗਿਆ ਉਹ ਬੜਾ ਗਿਆ ਜਦੋਂ ਲੋਕਾਂ ਨੂੰ ਇਹ ਕਹਿੰਦਾ ਹੁੰਦਾ ਸੀ ਪੇਟ ਤੇ ਪੇਟੀ ਬੰਨੋ ਤੇ ਪੰਜਾਬ ਬਚੂਗਾ ਜੀ ਉਹ ਬਿੜਾ ਗਿਆ ਜਦੋਂ ਇਹ ਕਹਿੰਦਾ ਹੁੰਦਾ ਸੀ ਪਿਛਲੀ ਸਰਕਾਰ 31000 ਕਰੋੜ ਦਾ ਕਪੜਾ ਕਰ ਗਈ ਤੇ ਮੈਂ ਪੜਤਾਲ ਕਰਾਂਗਾ ਹੁਣ ਤਾਂ ਲੋਕੀ ਪੁੱਛਦੇ ਆ ਕਿ ਮਨਪ੍ਰੀਤ ਜੀ ਤੁਹਾਡੇ ਖਜ਼ਾਨਾ ਮੰਤਰੀ ਹੁੰਦਿਆਂ ਜਿਹੜੇ ਕਪੜੇ ਹੋਏ ਆ ਚੰਡੀਗੜ੍ਹ 'ਚ ਤੇ ਜਿਹੜੇ ਬਠਿੰਡਾ 'ਚ ਹੋਏ ਆ ਉਹਨਾਂ ਦੀ ਪੜਤਾਲ ਦਾ ਕੀ ਕਰਨਾ ਜਿੱਤੇ ਵਿਜੀਲੈਂਸ ਜਾਂਚ ਦੀ ਗੱਲ ਹੀ ਚੱਲੀ ਸੀ ਤੁਸੀਂ ਪਾਰਟੀ ਛੱਡ ਗਿਓ ਜੀ ਫਿਰ ਵੀ ਡੈਮੋਕ੍ਰੇਸੀ ਆ ਇਹਦੇ ਵਿੱਚ ਲੋਕਤੰਤਰ 'ਚ ਹਰ ਕਿਸੇ ਨੂੰ ਮਰਜ਼ੀ ਦੀ ਪਾਰਟੀ ਚੁਣਨ ਦੀ ਖੋਲਿਆ ਇਹ ਚੱਲ ਜਣ ਭਾਜਪਾ ਚ ਸਰਜੀਤ ਸਿੰਘ ਬਰਨਾਲਾ ਸਾਬਕਾ ਮੁੱਖ ਮੰਤਰੀ ਗਵਰਨਰ ਬਣ ਗਿਆ ਤੇ ਉਹਦੀ ਬੜੇ ਸੀਨੀਅਰ ਪੱਤਰਕਾਰ ਸਰਜੀਤ ਸਿੰਘ ਸੋਖੀ ਨਾਲ ਦੋਸਤੀ ਹੁੰਦੀ ਸੀ ਤੇ ਸਰਜੀਤ ਸਿੰਘ ਸੋਖੀ ਮੂੰਹ ਦਾ ਬੜਾ ਬੋਲਾ ਸੀ ਇੱਥੇ ਸਰਕਟ ਉਸ ਤੇ ਉਹਨਾਂ ਨੂੰ ਮਿਲਣ ਗਿਆ ਤੇ ਮੈਨੂੰ ਨਾਲ ਲੈ ਗਿਆ ਉੱਥੇ ਚਾਹ ਪਾਣੀ ਪੀਂਦਿਆਂ ਪੀਂਦਿਆਂ ਸਰਜੀਤ ਸਿੰਘ ਬਰਨਾਲਾ ਦੀ ਪਤਨੀ ਸਰਜੀਤ ਕੌਰ ਬਰਨਾਲਾ ਨੇ ਆਖਿਆ ਸੋਖੀ ਸਾਹਿਬ ਦੋਵੇਂ ਵੇਲੇ ਅਰਦਾਸ ਕਰਿਆ ਕਰੋ ਬਰਨਾਲਾ ਸਾਹਿਬ ਦੀ ਚੜ੍ਹਦੀ ਕਲਾ ਦੀ ਕਿ ਅੱਗੇ ਹੀ ਅੱਗੇ ਵੱਧਦੇ ਜਾਣ ਅੱਗੇ ਹੀ ਅੱਗੇ ਵੱਧਦੇ ਜਾਣ ਅੱਗੇ ਹੀ ਅੱਗੇ ਵੱਧ ਜਾਣ ਸਰਜੀਤ ਸਿੰਘ ਸੋਖੀ ਕਹਿੰਦਾ ਬਰਨਾਲੇ ਦੀ ਤਹਿਸੀਲਦਾਰੀ ਤੋਂ ਤੁਸੀਂ ਤੁਰੇ ਸੀ ਪੰਜਾਬ ਦੇ ਮੁੱਖ ਮੰਤਰੀ ਬਣੇ ਹੁਣ ਤਾਮਿਲਨਾਡੂ ਦੇ ਗਵਰਨਰ ਬਣ ਗਏ ਉਦੋਂ ਪਰ ਹੁਣ ਸਮੁੰਦਰ ਚਿੱਡੀਗੜਾ ਜੇ ਬਸ ਵੀ ਕਰੋ ਉਹ ਗੱਲਾਂ ਹਾਸੇ ਦੀਆਂ ਸੀ ਕਿਉਂਕਿ ਉਹਨਾਂ ਦੇ ਸੁਭਾਅ ਰਲੇ ਸੀ ਹਾਸਾ ਮਖੌਲ ਚੱਲਦਾ ਸੀ ਹੁਣ ਮੈਂ ਕਹੂੰਗਾ ਕਿ ਸਰਦਾਰ ਸਖ ਮਨਪ੍ਰੀਤ ਸਿੰਘ ਬਾਦਲ ਜੀ ਤੁਸੀਂ ਇਦਾਂ ਕਰੋ ਜੋ ਹੋ ਗਿਆ ਸੋ ਹੋ ਗਿਆ ਹੁਣ ਜਿੱਥੇ ਪਹੁੰਚ ਗਿਓ ਇੱਥੇ ਇੱਕ ਜਾ ਕੇ ਆਰਾਮ ਕਰਿਓ ਐਦੋਂ ਬਾਅਦ ਹੋਰ ਛੜੱਪੇ ਮਾਰਨੋਂ ਥਾਂ ਕੋਈ ਨਹੀਂ ਅਕਾਲੀਆਂ ਚ ਵਾਪਸ ਗਏ ਤੇ ਲੋਕ ਗੱਲਾਂ ਕਰਨਗੇ ਕਾਂਗਰਸ ਵਿੱਚ ਤੁਸੀਂ ਜਾਣ ਜੋਗੇ ਨਹੀਂ ਰਹਿਗੇ ਆਮ ਆਦਮੀ ਪਾਰਟੀ ਵਿੱਚ ਤੁਹਾਡਾ ਜਿਹੜਾ ਪੀਪਲਸ ਪਾਰਟੀ ਵਾਲਾ ਨੰਬਰ 2 ਸੀ ਅੱਜਕੱਲ ਮੱਖ ਮੰਤਰੀ ਆ ਪਤੰਗ ਵਿਚਾਰੀ ਗਈ ਹੁਣ ਜਾਣਾ ਕਿੱਥੇ ਹੁਣ ਇੱਥੇ ਟਿਕ ਜਾਓ ਜੀ ਜਿਹੜਾ ਟਿੱਕੇ ਰਿਓ ਨੀਤਿੰਦਰ ਦੋਕਾਨ ਨੂੰ ਇੱਕ ਨਵੀਂ ਖਬਰ ਤੇ ਚਰਚਾ ਨਾ ਕਰਨੀ ਪਾਜੀ ਬਿਲਕੁਲ ਪੰਸਾਹਬ ਗੱਲ ਅਗਲੀ ਕਰਦੇ ਆ ਹਰਜਿੰਦਰ ਸਿੰਘ ਧਾਮੀ ਹੋਰੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਗੱਡੀ ਦੇ ਉੱਪਰ ਹਮਲਾ ਹੁੰਦਾ ਹਮਲਾ ਉਦੋਂ ਹੁੰਦਾ ਜਦੋਂ ਚੰਡੀਗੜ੍ਹ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮੋਰਚਾ ਲੱਗਿਆ ਹੁੰਦਾ ਹੁਣ ਪੰਸਾਹਬ ਇਹ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹਮਲਾ ਹੋਇਆ ਉੱਪਰ ਕਿੰਨਾ ਕੁ ਸੱਚ ਹੈ ਕਿਉਂਕਿ ਇੱਕ ਵੀਡੀਓ ਵਿੱਚ ਅਗਲਾ ਸ਼ੀਸ਼ਾ ਟੁੱਟਿਆ ਪਿਛਲਾ ਟੁੱਟਿਆ ਜੇਕਰ ਸਿੱਖ ਸਮਾਜ ਦੇ ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੁੱਦਾ ਚੁੱਕਿਆ ਤੇ ਇੱਕ ਕਿਉਂ ਨਹੀਂ ਹੋ ਰਿਹਾ ਲੋਕ ਤਾਂ ਇਹ ਵੀ ਗੱਲ ਕਰਦੇ ਪਏ ਹੁਣ ਦੇਖੋ ਜਿਹੜਾ ਮੁੱਦਾ ਉਹਨਾਂ ਚੁੱਕਿਆ ਉਹ ਮੁੱਦਾ ਪਹਿਲਾਂ ਅਕਾਲੀ ਦਲ ਨੇ ਵੀ ਚੁੱਕਿਆ ਸੀ ਜੀ ਅਕਾਲੀ ਦਲ ਨੇ ਜਦੋਂ ਅੰਮ੍ਰਿਤਸਰ ਦੇ ਵਿੱਚ ਸਾਰੇ ਸਿੱਖ ਸੰਗਠਨਾਂ ਦੀ ਮੀਟਿੰਗ ਸੰਧੀ ਰੌਲਾ ਉਦੋਂ ਹੀ ਪਿਆ ਗਿਆ ਸੀ ਕਿ ਮੁੱਦਾ ਬੰਦੀ ਸਿੱਖਾਂ ਦੀ ਰਿਹਾਈ ਦਾ ਨਹੀਂ ਸੰਗਰੂਰ ਹਲਕੇ ਦੀ ਉਪ ਚੋਣ ਦਾ ਬਹਾਨੇ ਨਾਲ ਸਾਰਿਆਂ ਨੂੰ ਇਕੱਠੇ ਕਰਕੇ ਤੇ ਇਸ ਇੱਕ ਮੁੱਦੇ ਦੇ ਉੱਤੇ ਅਕਾਲੀ ਦਲ ਚੋਣ ਲੜਨੀ ਚਾਹੁੰਦਾ ਤੇ ਉਹ ਉਹਨਾਂ ਦੀ ਦਾਲ ਗਲੀ ਨਹੀਂ ਸੀ ਕੋਸ਼ਿਸ਼ ਕੀਤੀ ਐਵੇਂ ਗਈ ਚੌਥੇ ਪੰਜਵੇਂ ਥਾਂ ਜਾ ਕੇ ਪਾਰਟੀ ਆਈ ਸੀ ਉਸ ਤੋਂ ਬਾਅਦ ਉਹ ਮੁੱਦਾ ਉਹ ਦੂਸਰਿਆਂ ਚੁੱਕ ਲਿਆ ਹੁਣ ਉਹਨਾਂ ਨੇ ਚੰਡੀਗੜ੍ਹ 'ਚ ਮੋਰਚਾ ਲਾਇਆ ਹੋਇਆ ਇਹਨਾਂ ਨੂੰ ਪਤਾ ਕਿ ਮੁੱਦਾ ਉੱਥੇ ਇਕੱਲਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਰੂਪ ਗਾਇਬ ਹੋਏ ਸੀ ਤੇ ਉਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੋਸ਼ੀ ਆਖਿਆ ਜਾਂਦਾ ਹੈ ਜੀ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪਤਾ ਤੇ ਉਹਨੂੰ ਉੱਥੇ ਜਾਣਾ ਨਹੀਂ ਸੀ ਚਾਹੀਦਾ ਜੀ ਇਹਨਾਂ ਦਾ ਕਹਿਣਾ ਇਹ ਆ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਕਿ ਮੈਨੂੰ ਮੋਰਚੇ ਵਾਲਿਆਂ ਨੇ ਆਪ ਸੱਦਿਆ ਸੀ ਮੋਰਚੇ ਵਾਲੇ ਕਹਿੰਦੇ ਅਸੀਂ ਨਹੀਂ ਸੱਦਿਆ ਉਹਨਾਂ ਸੱਦਿਆ ਦੀ ਇਹ ਕਹਿੰਦੇ ਸੱਦਿਆ ਹੁਣ ਹਰਜਿੰਦਰ ਸਿੰਘ ਧਾਮੀ ਨੂੰ ਸੱਦਾ ਦਿਨ ਕੌਣ ਆਇਆ ਫਿਰ ਦਾ ਮੁੱਲ ਕੋਈ ਬੰਦਾ ਵਿਚਾਲਿਓ ਜਾਂ ਕਿਸੇ ਨੇ ਜਾਣਬੁੱਝ ਕੇ ਭਾਨੇ ਨਾਲ ਸਦਕੇ ਹਰਜਿੰਦਰ ਸਿੰਘ ਧਾਮੀ ਨੂੰ ਉੱਥੇ ਫਸਾਇਆ ਹਰਜਿੰਦਰ ਸਿੰਘ ਧਾਮੀ ਦੀ ਰਾਜਨੀਤੀ ਤੇ ਕਿਸੇ ਨੁਕਸਖੜ ਨੇ ਕੱਢ ਲਣ ਨਿੱਜੀ ਤੌਰ ਤੇ ਤੇ ਉਹ ਚ ਨੁਕਸ ਨਿਕਲਦਾ ਕੋਈ ਨਹੀਂ ਸਾਰੇ ਕਹਿੰਦੇ ਆਦਮੀ شریف ਵੀ ਆ ਇਮਾਨਦਾਰ ਵੀ ਆ ਇੱਥੋਂ ਤੱਕ ਇੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁਸ਼ਿਆਰਪੁਰ ਦੇ ਵਿੱਚ ਹੁੰਦਿਆਂ ਜਦੋਂ ਕਚਹਿਰੀ 'ਚ ਵਕੀਲ ਦੇ ਤੌਰ ਤੇ ਪੇਸ਼ ਹੋਣ ਜਾਣਾ ਹੁੰਦਾ ਸ਼੍ਰੋਮਣੀ ਕਮੇਟੀ ਦੀ ਕਾਰ ਕਰ ਛੱਡ ਕੇ ਆਪਣੇ ਸਕੂਟਰ ਦੇ ਹਿਆਰਪੁਰ ਦੀਆਂ ਕਚਹਿਰੀਆਂ ਤੱਕ ਜਾਂਦਾ ਹੈ ਤਾਂ ਪਤਾ ਲੱਗ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਕਾਰ ਵੀ ਆਪਣੇ ਨਿੱਜੀ ਕੰਮਾਂ ਵਾਸਤੇ ਨਹੀਂ ਵਰਤਦਾ ਜੀ ਜਿਹੜਾ ਇਹੋ ਜਿਹਾ ਬੰਦਾ ਉਹਦੇ ਉੱਤੇ ਹਮਲਾ ਕੀਤਾ ਜਾਣਾ ਨਖੇਦੀ ਕਰਨੀ ਚਾਹੀਦੀ ਇਹੋ ਜੀ ਗੱਲ ਚੰਗੀ ਨਹੀਂ ਲੱਗਦੀ ਜਿਨ੍ਹਾਂ ਨੇ ਵੀ ਕੀਤਾ ਉਹਨਾਂ ਗਲਤ ਕੀਤਾ ਦੂਸਰਾ ਪਾਸਾ ਇਹ ਹੈ ਕਿ ਬਾਦਲ ਅਕਾਲੀ ਦਲ ਇਸ ਵੇਲੇ ਜਿੰਨਾ ਲੋਕਾਂ ਤੋਂ ਖਾਸ ਕਰਕੇ ਸਿੱਖਾਂ ਤੋਂ ਦੂਰੀਆਂ ਬਣਾ ਚੁੱਕਾ ਇਹ ਹਰ ਮਸਲੇ ਨੂੰ ਸਿੱਖਾਂ ਦਾ ਮਸਲਾ ਤਾਂ ਕਹਿੰਦੇ ਆ ਪਰ ਸਿੱਖਾਂ ਦੀ ਵੱਡੀ ਗਿਣਤੀ ਹੈ ਜਿਹੜੀ ਅਜੇ ਤੱਕ ਇਹਨਾਂ ਨੂੰ ਬਰਗਾੜੀ ਦੇ ਬੇਅਦਬੀ ਕਾਂਡ ਤੇ ਬਾਈਬਲ ਕਲਾਂ ਤੇ ਕੋਟਕਪੂਰਾ ਦੇ ਗੋਲੀ ਕਾਂਡ ਵਾਸਤੇ ਦੋਸ਼ੀ ਦੱਸਦੀ ਹੈ ਇਹ ਹੁਣ ਉਹਨਾਂ ਦੇ ਵਿੱਚ ਜਾ ਕੇ ਪੈਰ ਧਰਾਵਾ ਕਿਸੇ ਨਾ ਕਿਸੇ ਤਰੀਕੇ ਕਰਨਾ ਚਾਹੁੰਦੇ ਆ ਬੰਦੀ ਸਿੱਖਾਂ ਦੀ ਰਿਹਾਈ ਦਾ ਮੋਰਚਾ ਇੱਥੋਂ ਤੱਕ ਕਿ ਇਹਨਾਂ ਦਾ ਇੱਕ ਲੀਡਰ ਇੱਕ ਦਿਨ ਬਾਈਬਲ ਕਲਾਵ ਵਾਲੇ ਉਸ ਗੋਲੀ ਕਾਂਡ ਵਿਰੋਧੀ ਮੋਰਚੇ ਵਿੱਚ ਜਾ ਕੇ ਵੀ ਬੋਲਿਆ ਜਿਹੜਾ ਮੋਰਚਾ ਲੱਗਾ ਹੀ ਇਸ ਗੱਲ ਤੇ ਕਿ ਬਾਦਲ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਪੁਲਿਸ ਨੂੰ ਕਹਿ ਕੇ ਗੋਲੀ ਚਲਵਾਈ ਗਈ ਤੇ ਉੱਥੇ ਦੋ ਜਣੇ ਸ਼ਹੀਦ ਹੋਏ ਤੇ ਬਾਕੀ ਉੱਥੇ ਜ਼ਖਮੀ ਹੋਏ ਸਨ ਜੀ ਇਹੋ ਜੇ ਮੋਰਚੇ 'ਚ ਇਹਨਾਂ ਦਾ ਇੱਕ ਬੰਦਾ ਇਸ ਕਰਕੇ ਬੋਲਿਆ ਹੋਵੇਗਾ ਕਿ ਉਹਦੀ ਉਹਨਾਂ ਨਾਲ ਕਿਸੇ ਕਿਸਮ ਦੀ ਪਰਦੇ ਪਿੱਛੇ ਦੀ ਸਾਂਝ ਹੋਵੇਗੀ ਹਰ ਕਿਸੇ ਨੂੰ ਤੇ ਉਹਨਾਂ ਨੇ ਬੋਲਣ ਨਹੀਂ ਦੇਣਾ ਤੇ ਜੇ ਬੋਲਣ ਨਹੀਂ ਦੇਣਾ ਤੇ ਇਹਨਾਂ ਨੂੰ ਇਹੋ ਜੀਆਂ ਥਾਵਾਂ ਤੋਂ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਇਹਨਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਉੱਥੇ ਕੱਲ ਦਿੱਤਾ ਲੋਕੀਆਂ ਉੱਤੇ ਪੜਕੁੱਟੇ ਕਹਿੰਦੇ ਉਹਦੀ ਤਕਰੀਰ ਦੌਰਾਨ ਵੀ ਰੌਲਾ ਪੈਂਦਾ ਰਿਹਾ ਬਾਅਦ ਵਿੱਚ ਜਦੋਂ ਆਪਣੀ ਗੱਡੀ ਵੱਲ ਗਿਆ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵੀ ਕਹਿੰਦੇ ਨਾਲ ਸੀ ਉੱਥੇ ਜੋ ਹੈ ਚੰਗਣੇ ਮੈਂ ਫਿਰ ਕਹਿਣਾ ਕਿ ਹਮਲਾ ਕਰਨਾ ਗਲਤ ਸੀ ਵਿਚਾਰਾਂ ਦੇ ਸਾਹਮਣੇ ਸਵਾਲ ਪੁੱਛਨੇ ਪੁੱਛ ਲੋ ਨਹੀਂ ਬੋਲਣ ਦਰਾਂ ਨਾ ਬੋਲਣ ਦਿਓ ਕਿ ਫਿਰ ਪੈ ਜੂ ਉਹ ਕਿਤੇ ਹੋਰ ਤੇ ਜਾ ਕੇ ਬੋਲਣਗੇ ਇਦਾਂ ਕਈਆਂ ਲੀਡਰ ਨੂੰ ਬੋਲਿਆ ਜਾਂਦਾ ਦਿੱਲੀ ਕਿਸਾਨਾਂ ਦੀ ਸਟੇਜ ਤੋਂ ਵੀ ਇੱਕ ਵੱਡੇ ਕਿਸਾਨ ਲੀਡਰ ਨੂੰ ਜਿਹੜਾ ਬਾਅਦ ਵਿੱਚ ਰਾਜ ਸੂਖ ਮਾਨਦਾਰ ਰਿਹਾ ਸੀ ਉਹਨੂੰ ਸਟੇਜ ਤੋਂ ਉਤਾਰਤਾ ਸੀ ਔਰ ਥਮਾਤੇ ਵੀ ਹੁੰਦਾ ਰਿਹਾ ਪਰ ਹਮਲਾ ਨਹੀਂ ਸੀ ਕਰਨਾ ਚਾਹੀਦਾ ਜਿਹੜਾ ਹਮਲਾ ਕੀਤਾ ਗਿਆ ਇਹ ਲੋਕਤੰਤਰੀ ਰਿਵਾਇਤ ਨਹੀਂ ਇਹੋ ਜੇ ਮੌਕੇ ਜਿਵੇਂ ਕਿਰਪਾਨਾ ਮਾਰ ਮਰ ਸ਼ੀਸ਼ੇ ਪਰਨੇ ਸਰ ਕੋ ਇੱਕ ਗਲਤ ਕੀਤਾ ਗਿਆ ਇਹਦੀ ਕਿਸੇ ਨੂੰ ਵੀ ਹਰ ਕਿਸੇ ਨੂੰ ਦਿਨ ਨਖੇਦੀ ਕਰਨੀ ਚਾਹੀਦੀ ਹੈ ਕਿਸੇ ਨੂੰ ਵੀ ਇਹੋ ਜੀ ਗੱਲ ਨੂੰ ਸ਼ੇਅਰ ਨਹੀਂ ਦੇਣੀ ਚਾਹੀਦੀ ਬਿਲਕੁਲ ਪਰਨ ਸਾਹਿਬ ਘਟਨਾ ਤਾਂ ਬਹੁਤ ਮਾੜੀ ਆ ਨਾ ਹੁੰਦਾ ਤਾਂ ਕੰਮ ਚੰਗਾ ਹੁੰਦਾ ਕਿਉਂਕਿ ਮੋਰਚਾ ਵੀ ਲੱਗਿਆ ਪਿਆ ਦੂਸਰੇ ਪਾਸੇ ਇੱਕ ਹਮਲਾ ਪਨਸਭ ਹੁੰਦਾ ਸਵਾਤੀ ਮਾਲੀਵਾਲ ਤੇ ਦਿੱਲੀ ਮੈਲਾ ਕਮਿਸ਼ਨ ਦੀ ਚੇਅਰਪਰਸਨ ਹੁਣ ਕਹਿੰਦੇ ਆ ਕਿ ਉਹਨਾਂ ਨੂੰ ਵੀ ਗੱਡੀ ਗੱਡੀ ਨੇ ੱਕੀਟਿਆ ਤੇ ਇੱਕ ਸ਼ਰਾਬੀ ਸੀ ਉਹਨੂੰ ਬਦਸਲੂਕੀ ਕੀਤੀ ਹੈ ਅਜੇ ਤੱਕ ਨਵੇਂ ਸਾਲ ਤਜੋ ਘਟਨਾ ਬਪਰੀ ਸੀ ਉਹਦੀ ਜਾਂਚ ਚੱਲ ਰਹੀ ਹੈ ਤੇ ਇਹਨਾਂ ਦਾ ਵੀ ਪੂਰਾ ਸਹਿਯੋਗ ਨਾਲ ਸੀਗਾ ਕਿਵੇਂ ਦੇਖਦੇ ਆ ਇਸ ਮਾੜੀ ਘਟਨਾ ਨੂੰ ਮੈਂ ਸਮਝਦਾ ਕਿ ਇਹਦੇ ਬਾਰੇ ਦਿੱਲੀ ਪੁਲਿਸ ਨੂੰ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਪਰ ਉਹਨਾਂ ਦਾ ਕੋਈ ਬਿਆਨ ਸਿੱਧਾ ਮੈਂ ਕੋਸ਼ਿਸ਼ ਕਰਦਾ ਰਿਹਾ ਮੈਨੂੰ ਲੱਭਾ ਨਹੀਂ ਜੀ ਹੋ ਸਕਦਾ ਦਿੱਤਾ ਹੋਵੇ। ਸਵਾਤੀ ਮਾਲੀਵਾਲ ਕਹਿੰਦੀ ਹੈ ਕਿ ਜੋ ਕੁਝ ਨਵੇਂ ਸਾਲ ਦੇ ਮੌਕੇ ਤੇ ਕੁੜੀ ਅੰਜਲੀ ਨਾਲ ਵਾਪਰਿਆ ਜਿਵੇਂ ਉਹਨੂੰ ਕਾਰ ਚੋਂ ਫਸਾ ਕੇ ਘੜੀਸਿਆ ਗਿਆ 11-12 ਕਿਲੋਮੀਟਰ ਉਹਦੀ ਲਾਸ਼ ਦੇ ਚੀਥੜੇ ਉੱਠ ਗਏ ਉੱਡ ਗਏ ਇੰਨੀ ਗੁੰਡਾਗਰਦੀ ਹੋਈ ਜੀ ਔਰ ਜਿਹੜੀ ਦਿੱਲੀ ਦੀ ਪੁਲਿਸ ਉਸ ਇਲਾਕੇ ਵਿੱਚ ਗਸ਼ਤ ਕਰਨ ਵਾਲੀ ਸੀ ਉਹ ਸ਼ਰਾਬ ਪੀ ਕੇ ਤੇ ਆਪਣੀ ਐਸ ਪ੍ਰਸਤੀ ਵਿੱਚ ਲੱਗੇ ਰਹੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਉੱਤੇ ਨੇ ਆਖਿਆ ਸੀ ਦਿੱਲੀ ਪੁਲਿਸ ਦੇ ਬਜਾਏ ਇਹਦੀ ਪੜਤਾਲ ਹੁਣ ਸੀਬੀਆਈ ਨੂੰ ਸੌਂਪ ਦੇਣੀ ਚਾਹੀਦੀ ਆ ਖਾਸ ਕਰਕੇ ਦੂਸਰੀ ਕੁੜੀ ਨਿਧੀ ਜਿਸ ਤਰ੍ਹਾਂ ਬਿਆਨ ਬਾਰ-ਬਾਰ ਬਦਲਦੀ ਆ ਉਹ ਮੌਕੇ ਤੇ ਸੀਓ ਭੱਜ ਗਏ ਉਹਨੇ ਪੁੱਛ ਨੂੰ ਨਹੀਂ ਦੱਸਿਆ ਉਹ ਸਾਰੇ ਕੋਈ ਦਾ ਕਰਕੇ ਹੁਣ ਇਹਨੇ ਫਿਰ ਇੱਕ ਹੋਰ ਤਰੀਕਾ ਅਪਣਾਇਆ ਕਿ ਰਾਤ ਨੂੰ ਸੜਕਾਂ ਤੇ ਘੁੰਮ ਕੇ ਵੇਖੇ ਕਿ ਲੜਕੀਆਂ ਕਿੰਨੀਆਂ ਕੁ ਸੁਰੱਖਿਅਤ ਨੇ ਇੱਕ ਥਾਂ ਤੇ ਖੜੀ ਸੀ ਇੱਕ ਬੰਦਾ ਗੱਡੀ ਵਾਲਾ ਕਾਰ ਵਾਲਾ ਆਇਆ ਸ਼ੋਦਾ ਉਹਨੇ ਆ ਕੇ ਇੱਕ ਵਾਰੀ ਦੀ ਕੋਲ ਦੀ ਲਿਆ ਗਿਆ ਦੂਜੀ ਵਾਰੀ ਘੁਮਾ ਕੇ ਲਿਆ ਫਿਰ ਉਹਨੇ ਆਖਿਆ ਆ ਜਾ ਕਾ ਜਦੋਂ ਇਹਨੇ ਵੇਖਿਆ ਵੀ ਉਹਨੇ ਹਟਦਾ ਨਹੀਂ ਇਹਨੇ ਜਾ ਕੇ ਉਹਨੂੰ ਘੂਰਨਾ ਚਾਹਿਆ ਉਹਦਾ ਸ਼ੀਸ਼ਾ ਥੱਲੇ ਸੀ ਇਹਨੇ ਹੱਥ ਰੱਖਿਆ ਜਦੋਂ ਪਈ ਤੇ ਉਹਨੇ ਫਟਾਫਟ ਸ਼ੀਸ਼ਾ ਉੱਪਰ ਕੀਤਾ ਤੇ ਉਹਦਾ ਹੱਥ ਵਿੱਚ ਦੇ ਦਿੱਤਾ ਹੁਣ ਹੱਥ ਵਿੱਚ ਫਸਿਆ ਸੀ ਬਾਹਰ ਕੱਢ ਨਹੀਂ ਸਕਦੀ ਉਹਨੇ ਕਾਰ ਭਜਾਤੀ 10 15 ਕਦਮਾਂ ਤੱਕ ਇਹ ਕਹਿੰਦੀ ਇੱਕ ਮੈਨੂੰ ਕਾਰ ਨਾਲ ਘੜੀਸਤਾ ਗਿਆ ਜੀ ਦਿੱਲੀ ਪੁਲਿਸ ਕੀ ਕਰਦੀ ਆ ਜੇ ਆ ਸਾਰਾ ਕੁਝ ਰਾਤਾਂ ਨੂੰ ਇਸ ਤਰ੍ਹਾਂ ਹੋ ਰਿਹਾ ਤੇ ਇਤੋਂ ਦੇ ਜਿਆਦਾ ਕਿ ਜੇ ਉੱਥੇ ਕਿਸੇ ਤਰੀਕੇ ਹੱਥ ਨਿਕਲ ਨਾ ਜਾਂਦਾ ਉਹ ਬਾਹਰ ਨਾ ਆ ਜਾਂਦੀ ਤੇ ਜੋ ਅੰਜਲੀ ਨਾਲ ਵਾਪਰਿਆ ਉਹ ਸੁਵਤੀ ਨਾਲ ਵਾਪਰ ਸਕਦਾ ਸੀ ਏਡੀ ਵੱਡੀ ਘਟਨਾ ਦਿੱਲੀ ਦੇਸ਼ ਦੀ ਰਾਜਧਾਨੀ ਚ ਮੋੜ ਮੋੜ ਕੇ ਮੋੜ ਮੋੜ ਕੇ ਇਹੋ ਜਿਹੇ ਘਟਨਾਵਾਂ ਹੋਣ ਬਦਨਾਮੀ ਤਾਂ ਪੰਜਾਬ ਦੀ ਵੱਧ ਕੀਤੀ ਜਾਂਦੀ ਹੈ ਜੀ ਜੀ ਇਹ ਭਾਰਤ ਦੇ ਸਾਰੇ ਰਾਜਾਂ ਚ ਇਹੋ ਕੁਝ ਵਾਪਰਦਾ ਪਿਆ ਮੈਂ ਕਹਿੰਦਾ ਸਾਰੇ ਰਾਜਾਂ ਨੂੰ ਛੱਡ ਦਿਓ ਨਰਪਾਇਆ ਕਾਂਡ ਹੋਵੇ ਤੇ ਦਿੱਲੀ 'ਚ ਹੋਵੇ ਅੰਜਲੀ ਕਾਂਡ ਹੋਵੇ ਦਿੱਲੀ 'ਚ ਹੋਵੇ ਤੰਦੂਰ ਕਾਂਡ ਨਰਸਿਮਹਾ ਰਾਓ ਦੀ ਸਰਕਾਰ ਵੇਲੇ ਹੋਇਆ ਸੀ ਜਿਹਦੇ 'ਚ ਇੱਕ ਕਾਂਗਰਸੀ ਲੀਡਰ ਨੇ ਆਪਣੇ ਨਾਲ ਸੰਬੰਧਾਂ ਵਾਲੀ ਕੁੜੀ ਨੂੰ ਤੰਦੂਰ 'ਚ ਜਿਉਂਦੀ ਸੁਟ ਕੇ ਸਾੜ ਦਿੱਤਾ ਸੀ ਉਹ ਵੀ ਸਾਰੇ ਲੋਕਾਂ ਨੂੰ ਯਾਦ ਆ ਜੈਸਕਾ ਲਾਲ ਕਾਂਡ ਵੀ ਦਿੱਲੀ 'ਚ ਹੋਇਆ ਸੀ ਜਿੱਥੇ ਤਾਮਰਨ ਕੋਟ ਦੇ ਵਿੱਚ ਇੱਕ ਸ਼ੋਦੇ ਨੇ ਕਿਉਂਕਿ ਉਹ ਰਾਸ਼ਟਰਪਤੀ ਦਾ ਦੋਤਾ ਸੀ ਉਹਨੇ ਜਾ ਕੇ ਸ਼ਰਾਬ ਮੰਗੀ ਜਦੋਂ ਸ਼ਰਾਬ ਕੁੜੀ ਨੇ ਆਖਿਆ ਕਿ ਟਾਈਮ ਓਵਰ ਹੋ ਗਿਆ ਇਨੀ ਰਾਤ ਨੂੰ ਸ਼ਰਾਬ ਨਹੀਂ ਦੇ ਸਕਦੇ ਤੇ ਉਹਦੇ ਮੱਥੇ ਤੇ ਪਿਸਤੌਲ ਰੱਖ ਕੇ ਗੋਲੀ ਮਾਰ ਦਿੱਤੀ ਸੀ ਇਹ ਸਾਰੇ ਵੱਡੇ ਕਾਂਡ ਤੇ ਦਿੱਲੀ ਛੋਣ ਡਿਆ ਜੇ ਦਿੱਲੀ ਚ ਐਡੇ ਐਡੇ ਕਾਂਡ ਹੋਣ ਡਿਆ ਤੇ ਜਿਹੜੀ ਦਿੱਲੀ ਦੀ ਪੁਲਿਸ ਆ ਉਹ ਕਿਹੜੀ ਮਰਜ਼ੀ ਦੀ ਦਵਾਈ ਮੈਂ ਤਾਂ ਹੀ ਕਹਿੰਦਾ ਮੈਂ ਲੱਭਦਾ ਰਿਹਾ ਮੈਨੂੰ ਦਿੱਲੀ ਪੁਲਿਸ ਦਾ ਬਿਆਨ ਲੰਬਾ ਨਹੀਂ ਜੇ ਲੱਭੇ ਤੇ ਉਹ ਵੀ ਵੇਖਾਂਗੇ ਪਰ ਦਿੱਲੀ ਪੁਲਿਸ ਨੂੰ ਥੋੜਾ ਜਿਹਾ ਇਸ ਮਾਮਲੇ 'ਚ ਹੋਰ ਚੌਕਸ ਹੋਣਾ ਚਾਹੀਦਾ ਦੇਸ਼ ਦੀ ਰਾਜਧਾਨੀ ਹੋਣ ਕਰਕੇ ਸਾਰੀ ਦੁਨੀਆ ਦੇ ਦੇਸ਼ਾਂ ਦੀਆਂ ਅੰਬੈਸੀਆਂ ਤੇ ਹਾਈ ਕਮਿਸ਼ਨ ਉੱਥੇ ਆ ਇੱਥੇ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਹੈ ਤੇ ਉਹਦੀ ਗੂੰਜ ਸਾਰੀ ਦੁਨੀਆ 'ਚ ਪੈਂਦੀ ਹੈ ਕੁਝ ਸ਼ਰਮ ਕਰਨੀ ਚਾਹੀਦੀ ਹੈ ਦਿੱਲੀ ਪੁਲਿਸ ਨੂੰ ਬਿਲਕੁਲ ਪੰਨ ਸਾਹਿਬ 10 ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਦੇ ਵਿੱਚੋਂ ਚੋਣ ਕਮਿਸ਼ਨ ਨੇ ਤਿੰਨ ਸੂਬਿਆਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਕਿਵੇਂ ਦੇਖਦੇ ਆ ਜੀ ਪਾਰਟੀਆਂ ਦੇ ਤਿਆਰੀਆਂ ਵੀ ਪੂਰੀਆਂ ਇਹ ਤਾਂ ਚੋਣਾਂ ਤਾਂ ਇੱਕ ਰੂਟੀਨ ਪ੍ਰਕਿਰਿਆ ਆਮ ਚਲਦੀ ਰਹਿੰਦੀ ਜੀ ਪਾਰਟੀਆਂ ਦੀ ਤਿਆਰੀ ਹੋਵੇ ਨਾ ਹੋਵੇ ਚੋਣ ਕਮਿਸ਼ਨ ਨੂੰ ਉਹਦਾ ਕੀ ਮਤਲਬ ਹੈ ਉਹਨਾਂ ਨੂੰ ਤਾਂ ਇਹ ਹੈ ਕਿ ਮਿਥੇ ਸਮੇਂ ਦੇ ਉੱਤੇ ਮਾਰਚ ਦੇ ਕਿਸੇ ਦੇ ਪਹਿਲੇ ਹਫਤੇ ਕਿਸੇ ਦੇ ਦੂਜੇ ਹਫਤੇ ਨਾਲ ਤਿੰਨਾਂ ਦੀਆਂ ਅਸੈਂਬਲੀਆਂ ਦੀ ਮਿਆਦ ਮੁੱਕਣ ਵਾਲੀ ਹੈ ਜੀ ਉਹਦੇ ਤੋਂ ਪਹਿਲਾਂ ਉਹਨਾਂ ਨੇ ਚੋਣਾਂ ਰੱਖ ਲਈਆਂ ਫਰਵਰੀ ਚ ਫਰਵਰੀ ਚ ਚੋਣਾਂ ਹੋਣੀਆਂ ਨੇ ਤਿੰਨ ਉੱਤਰ ਪੂਰਬੀ ਰਾਜਾਂ ਦੀਆਂ ਉਹਨਾਂ ਚੋ ਤ੍ਰਿਪੁਰਾ 30 ਸਾਲਾਂ ਦੇ ਕਰੀਬ ਕਮਿਊਨਿਸਟਾਂ ਦੇ ਕਬਜ਼ੇ ਚ ਰਿਹਾ ਹੁਣ ਭਾਜਪਾ ਦੇ ਕਬਜ਼ੇ ਚ ਹੈ ਕਾਮਰਡ ਸਭ ਦੇ ਸੀ ਜਿੰਨਾ ਵਧੀਆ ਸੀ ਰਾਜ ਚਲੇ ਔਰ ਜਿੱਡਾ ਵਧੀਆ ਮੁੱਖ ਮੰਤਰੀ ਕਾਮਰਡਾ ਨੇ ਉੱਥੇ ਦਿੱਤਾ ਸੀ ਉੱਡਾ ਵਧੀਆ ਮੁੱਖ ਮੰਤਰੀ ਹਿੰਦੁਸਤਾਨ ਚ ਮਿਲਣਾ ਔਖਾ ਉਹਦੇ ਕੋਲ ਆਪਣਾ ਨਿੱਜੀ ਅਕਾਊਂਟ ਵੀ ਨਹੀਂ ਸੀ 파ਟਨਰ ਸਾਂਝਾ ਅਕਾਊਂਟ ਸੀ ਉਹਦੀ ਘਰ ਵਾਲੀ ਟੀਚਰ ਦੇ ਤੌਰ ਤੇ ਕੰਮ ਕਰਦੀ ਸੀ ਆਏਗਾ ਨੂੰ ਚਾ ਵੀ ਮੁੱਖ ਮੰਤਰੀ ਦੀ ਪਤਨੀ ਆਪ ਬਣਾ ਕੇ ਪਿਉਂਦੀ ਸੀ ਤੇ ਬਹੁਤ ਸਾਦਾ ਆਦਮੀ ਸੀ ਸਾਰੇ ਲੋਕ ਮੰਨਦੇ ਪਰ ਜੇ ਲੋਕਾਂ ਨੇ ਕਦਰ ਪਾਈ ਇੱਕ ਧਰਮ ਦੇ ਨਾਂ ਦੇ ਉੱਤੇ ਵੋਟਾਂ ਪਾ ਕੇ ਦੂਸਰੀ ਪਾਰਟੀ ਨੂੰ ਚੁਣ ਲਿਆ ਠੀਕ ਆ ਡੈਮੋਕ੍ਰੇਸੀ ਆ ਲੋਕ ਜਿਹਨੂੰ ਚੁਣ ਚੋਣ ਚੁਣਲਣ ਕਦੇ ਅਸੀਂ ਕਹਿੰਨੇ ਜਿਹੋ ਜੀ ਕੋਕੋ ਹੋ ਜੇ ਬੱਚੇ ਕਦੇ ਇਦਾਂ ਜਾਂਦਾ ਜਿਵੇਂ ਜਿਹੋ ਜਿਹੇ ਬੱਚੇ ਹੋ ਜੇ ਕੋਕੋ ਚੁਣ ਲੈਂਦੇ ਆ ਇੱਥੇ ਜਿੱਦਾਂ ਰਾਜ ਭਾਗ ਆ ਕਦੇ ਅਸੀਂ ਕਹਿੰਨੇ ਲੋਕ ਜਿਹੋ ਜਿਹੇ ਲੀਡਰ ਉਹਦਾਂ ਦੇ ਲੋਕ ਬਣਾਉਂਦੇ ਆ ਤੇ ਕਦੇ ਅਸੀਂ ਕਹਿੰਨੇ ਲੋਕ ਜਿੱਦਾਂ ਦਾ ਚੁਣਨਾ ਚਾਹੁੰਦੇ ਆ ਨਾ ਮਰਜ਼ੀ ਨਾਲ ਆਪਣਾ ਲੀਡਰ ਚੁਣ ਲਿਆ ਵਾ ਤੇ ਹੁਣ ਕੋਈ ਕੀਤਾ ਕੀ ਜਾ ਸਕਦਾ ਉਹ ਹੁਣ ਅਸੈਂਬਲੀ ਦੀ ਮਿਆਦ ਉਹਦੀ ਵੀ ਆ ਗਈ ਚੋਣ ਉਹਦੀ ਵੀ ਹੋਣੀ ਆ ਮੇਘਾਲਿਆ ਉਹ ਵੀ ਛੋਟਾ ਦਾ ਇਹਨਾਂ ਤਿੰਨਾਂ ਦੀਆਂ ਦੋ ਦੋ ਪਾਰਲੀਮੈਂਟ ਸੀਟਾਂ ਨੇ ਤੇ ਤਿੰਨਾਂ ਕੋਲ 60-60 ਅਸੈਂਬਲੀ ਸੀਟਾਂ ਨੇ ਹੁਣ ਜਦੋਂ ਉੱਥੇ ਚੋਣ ਹੋਵੇਗੀ ਇਹਨਾਂ ਸੂਬਿਆਂ ਦੀ ਚੋਣ ਨਾਲ ਲੱਗਦੇ ਅਸਾਮ ਤੇ ਪੱਛਮੀ ਬੰਗਾਲ ਨੂੰ ਜ਼ਿਆਦਾ ਪ੍ਰਭਾਵਿਤ ਕਰੇਗੀ ਬਾਕੀ ਦੇਸ਼ ਨੂੰ ਕੱਟ ਕਰੇਗੀ ਪਰ ਜਿੱਦਾਂ ਦੀਆਂ ਅੱਜਕੱਲ੍ਹ ਕੇਂਦਰ ਚ ਸਰਕਾਰਾਂ ਬਣਦੀਆਂ ਪਾਰਲੀਮੈਂਟ ਦੀ ਇੱਕ ਇੱਕ ਸੀਟ ਵਾਸਤੇ ਖੋਹ ਖਿੰਝ ਹੁੰਦੀ ਆ ਉਹਦਾ ਕਰਕੇ ਇਹਨਾਂ ਤਿੰਨ ਸੂਬਿਆਂ ਚ ਪਾਰਲੀਮੈਂਟ ਦੀਆਂ 6 ਸੀਟਾਂ ਨੇ ਇਹ ਰਾਜਕਰਦੀ ਕੇਂਦਰ ਦੀ ਪਾਰਟੀ ਚਾਹੇਗੀ ਕਿ ਉੱਥੇ ਜਿਆ ਦਬਦਬਾ ਹੋਵੇ ਕਿ ਅਗਲੇ ਸਾਲ ਜਿਹੜੀ ਪਾਰਲੀਮੈਂਟ ਚੋਣ ਆ ਰਹੀ ਹੈ 2024 ਚ ਉਹਦੇ ਵਾਸਤੇ ਕੋਈ ਪ੍ਰੋਬਲ ਬਣਿਆ ਜਾ ਸਕੇ ਉਹਨਾਂ ਨੇ ਹੁਣੇ-ਹੁਣੇ ਹਿਮਾਚਲ ਪ੍ਰਦੇਸ਼ ਗਵਾਇਆ ਇੱਕ ਰਾਜ ਗਵਾਇਆ ਗਵਾਇਆ ਨਾ ਉਹਦਾ ਕਰਕੇ ਉਹ ਇਸ ਛਟਖਾਦੀ ਤੋਂ ਬਾਅਦ ਸੰਭਲ ਕੇ ਚੱਲਣ ਦਾ ਯਤਨ ਕਰਨਗੇ ਚੱਲਿਆ ਜਾਂਦਾ ਕਿ ਨਹੀਂ ਇਹ ਤਾਂ ਸਾਨੂੰ ਪਤਾ ਨਹੀਂ ਪਿਛਲੇ ਸਮੇਂ ਚ ਉਹਨਾਂ ਨੇ ਤਿਕਣਬਾਜ਼ੀਆਂ ਕਰਕੇ ਦੂਜੀਆਂ ਪਾਰਟੀਆਂ ਦੇ ਬੰਦੇ ਤੋੜ ਕੇ ਵੀ ਉੱਥੇ ਸਰਕਾਰਾਂ ਬਦਲੀਆਂ ਨੇ ਅਜੇ ਤੱਕ ਵੀ ਕੋਸ਼ਿਸ਼ ਇਹ ਕਿ ਦੂਜੀਆਂ ਪਾਰਟੀਆਂ ਦੇ ਬੰਦੇ ਤੋੜ ਲੋ ਕਈ ਮੌਕਿਆਂ ਦੇ ਉੱਤੇ ਉਹੀ ਬੰਦੇ ਜਿਹੜੇ ਭਾਜਪਾ ਵਾਲਿਆਂ ਦੇ ਬਹੁਤ ਖਿਲਾਫ ਸਨ ਉਹ ਰਾਤੂ ਰਾਤ ਪਲਟ ਜਾਂਦੇ ਰ ਇੱਥੇ ਪੰਜਾਬ ਦੇ ਵਿੱਚੋਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਵਰਗੇ ਭਾਜਪਾ ਦੇ ਖਿਲਾਫ ਰਾਤ ਦਿਨ ਬੋਲਦੇ ਸੀ ਉਹ ਵੀ ਭਾਜਪਾ ਹੀ ਜਾ ਬਣੇ ਇੱਥੇ ਮੁੱਲ ਜਿਹੜੇ ਲੀਡਰ ਨੇ ਉਹ ਗਰਗਟਣੋਂ ਜ਼ਿਆਦਾ ਰੰਗ ਬਦਲਦੇ ਆ ਤੇ ਜੇ ਗਰਗਟਣੋਂ ਜ਼ਿਆਦਾ ਰੰਗ ਬਦਲਦੇ ਆ ਤੇ ਉਹ ਸਿਰਫ ਮਦਾਨੀ ਇਲਾਕਿਆਂ ਚ ਨਹੀਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਦਲ ਲੈਂਦੇ ਆ ਉੱਥੋਂ ਵਾਲੇ ਲੀਡਰ ਵੀ ਹੈ ਤਾਂ ਇੱਥੋਂ ਦੀ ਭਾਰਤ ਦੀ ਰਾਜਨੀਤੀ ਦੇ ਲੀਡਰ ਹਨ ਤੇ ਜਿਹੜਾ ਭਾਰਤ ਦੀ ਰਾਜਨੀਤੀ ਦੀ ਲੀਡਰਸ਼ਿਪ ਦੇ ਵਿੱਚ ਜਿੱਦਾਂ ਦੀ ਇਨਫੈਕਸ਼ਨ ਆ ਚੁੱਕੀ ਹੈ ਇਸ ਇਨਫੈਕਸ਼ਨ ਤੋਂ ਬਾਕੀ ਕੋਨੇ ਨਹੀਂ ਬਚੇ ਤੇ ਪਹਾੜਾਂ ਦੇ ਉੱਤੇ ਇਨਫੈਕਸ਼ਨ ਕਿਹੜੀ ਲਿਫਟ ਨਾਲ ਚੜਦੀ ਹੁੰਦੀ ਉਹਨਾਂ ਪਹਾੜਾਂ ਤੱਕ ਵੀ ਇਹ ਇਨਫੈਕਸ਼ਨ ਪਹੁੰਚ ਚੁੱਕੀ ਹੈ ਮੈਂ ਸਮਝਦਾ ਨਾ ਕਿ ਉਹਨਾਂ ਪਹਾੜਾਂ ਦੇ ਲੋਕਾਂ ਦੇ ਫਤਵੇ ਦੀ ਡਿਕ ਕਰਨੀ ਚਾਹੀਦੀ ਹੈ ਕਿ ਉਹ ਉੱਥੇ ਕੀ ਫਤਵਾ ਦਿੰਦੇ ਆ ਉਦੋਂ ਉਹ ਇਲਾਕੇ ਬੜੇ ਨਾਜ਼ੁਕ ਹੈ ਜਿੱਥੇ ਸ਼ੁਰੂ ਤੋਂ ਲੈ ਕੇ ਕਈ ਕਿਸਮ ਦੀ ਗੋਲੀਬੰਦੀ ਵੀ ਚੱਲਦੀ ਰਹੀ ਬਗਾਵਤਾਂ ਵੀ ਚੱਲਦੀਆਂ ਰਹੀਆਂ ਗੁਆਂਢ ਦੇ ਦੇਸ਼ ਵੀ ਭਾਰਤ ਨਾਲ ਕੋਈ ਸੁਖਾਵੇ ਸਬੰਧਾਂ ਵਾਲੇ ਨਹੀਂ ਇਸ ਕਰਕੇ ਉੱਥੇ ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਦੇ ਦੌਰਾਨ ਬਾਬਾ ਜਰਾ ਜ਼ਬਾਨ ਸੰਭਾਲ ਕੇ ਬੋਲਣਾ ਚਾਹੀਦਾ ਕੋਈ ਗੜਬੜ ਇਹੋ ਜਿਹੀ ਨਹੀਂ ਕਰਨੀ ਪਵੇ ਕਿ ਭੁਗਤ ਨਹੀਂ ਪਵੇ ਬਹੁਤ ਸਾਰਾ ਲੱਗਦੇ ਹਾਂ ਤੇ ਗੱਲ ਹੋਰ ਦੱਸਿਓ ਕਿ ਤੇਲੰਗਾਨਾ ਦੇ ਵਿੱਚ ਚਾਰ ਸੂਬਿਆਂ ਦੇ ਮੁੱਖ ਮੰਤਰੀ ਇਕੱਠੇ ਹੋਏ ਐ ਕੀ ਲੱਗਦਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਕੀਤੀਆਂ ਜਾ ਰਹੀਆਂ ਨੇ ਜਾਂ ਫਿਰ ਉੱਥੇ ਕੋਈ ਪ੍ਰੋਗਰਾਮ ਰੱਖਿਆ ਉੱਤੇ ਪਹੁੰਚੇ ਸੀ ਸਾਰੇ ਦੂਖੁਰਾ ਤੇਲੰਗਾਨਾ ਦਾ ਮੁੱਖ ਮੰਤਰੀ ਉਹਨੇ ਵੱਖਰਾ ਤੇਲੰਗਾਨਾ ਬਣਾਉਣ ਵਾਸਤੇ ਪਹਿਲਾਂ ਲੜਾਈ ਲੜੀ ਸੀ ਉਸ ਲੜਾਈ ਦੌਰਾਨ ਸਮਝੌਤਾ ਹੋ ਗਿਆ ਕੇ ਕੇਂਦਰ ਦਾ ਮੰਤਰੀ ਵੀ ਬਣ ਗਿਆ ਫਿਰ ਛੱਡ ਗਿਆ ਫਿਰ ਮਰਨ ਮਰਤੂ ਹੀ ਰੱਖ ਲਿਆ ਤੇਲੰਗਾਨਾ ਬਣਾ ਲਿਆ ਤੇਲੰਗਾਨਾ ਦੇ ਲੋਕੋ ਨੂੰ ਪਿਆਰ ਕਰਦੇ ਆ ਪਰ ਕਈ ਵਾਰੀ ਪਿਆਰ ਦਾ ਬੁਖਾਰ ਥੋੜਾ ਜਿਹਾ ਉੱਪਰ ਚੜ ਜਾਂਦਾ ਕਿ ਇੰਨੇ ਲੋਕਾਂ ਦਾ ਪਿਆਰ ਕੀ ਤੰਦੁਸਤਾਨ ਦੇ 140 ਕਰੋੜ ਲੋਕਾਂ ਦਾ ਪਿਆਰ ਲੈਣਾ ਚਾਹੀਦਾ ਹੁਣ ਉਸ ਪਾਸੇ ਨੂੰ ਉਤਰ ਪਿਆ ਜੀ ਉਹਦੇ ਸਾਹਮਣੇ ਵੱਡਾ ਨਕਸ਼ਾ ਆਪਣੀ ਪਾਰਟੀ ਦਾ ਨਾਮ ਹੀ ਤੇਲੰਗਾਨਾ ਰਾਸ਼ਟਰੀ ਸੰਮਤੀ ਤੋਂ ਬਾਅਦ ਬਦਲ ਕੇ ਭਾਰਤ ਰਾਸ਼ਟਰੀ ਸੰਮਤੀ ਨੂੰ ਵੜਾਤਾ ਜਦੋਂ ਉੱਥੋਂ ਤੱਕ ਪਹੁੰਚ ਗਿਆ ਤੇ ਉਹਦੇ ਵਾਸਤੇ ਯਤਨ ਕਰਦਾ ਪਿਆ 8-8 ਸੂਬਿਆਂ ਤੱਕ ਪਹੁੰਚ ਕਰਦਾ ਉੱਥੋਂ ਦੇ ਗਿੜੇ ਮਾਰਦਾ ਸਾਡੇ ਪੰਜਾਬ ਵਿੱਚ ਵੀ ਗਿੜਾ ਮਾਰ ਕੇ ਗਿਆ ਸੀ ਵਿੱਚੋਂ ਬਾਰੋਂ ਕਦੇ-ਕਦੇ ਉਹਤੀ ਆਪਣੇ ਕੋਲ ਵੀ ਕੋਈ ਨਾ ਕੋਈ ਇਹੋ ਜਿਹਾ ਪ੍ਰੋਗਰਾਮ ਰੱਖ ਲਿੰਦਾ ਜਿਹਦੇ ਵਿੱਚ ਆਪਣੇ ਨਾਲ ਅੱਖ ਮਾੜੀ ਮੁੱਟੀ ਮਲਾਉਣ ਵਾਲੇ ਹਰ ਸੂਬੇ ਦੇ ਲੀਡਰਾਂ ਨੂੰ ਸੱਦਣ ਲੱਗ ਪੈਂਦਾ ਜੀ ਹੁਣ ਵੀ ਉਹਨੇ ਭਗਵੰਤ ਮਾਨ ਨੂੰ ਵੀ ਸੱਦ ਲਿਆ ਕੇਰਲਾ ਵਾਲੇ ਮੁੱਖ ਮੰਤਰੀ ਨੂੰ ਵੀ ਸੱਦ ਲਿਆ ਕਾਮਰੱਡ ਹਰ ਕਿਸ ਨੇ ਉਹਨੇ ਸੱਤੇ ਜਿਹੜੇ ਉਹਦੇ ਨਾਲ ਅੱਖ ਮਿਲਾ ਕੇ ਚੱਲਣ ਨੂੰ ਤਿਆਰ ਕਾਮਰੱਡਾਂ ਦੀ ਪੋਜੀਸ਼ਨ ਉਸ ਵੇਲੇ ਇੱਕ ਕਦੇ ਭਾਰਤ ਦੀ ਰਾਜਨੀਤੀ ਵਿੱਚ ਬੜੀ ਵੱਡੀ ਤਿਰੰਦ ਸੀ ਉਹ ਵੀ ਵਕਤ ਸੀ ਜਦੋਂ ਇਹਨਾਂ ਦੀਆਂ ਇਹ ਚਾਰ ਖੱਬੀਆਂ ਪਾਰਟੀਆਂ ਦੀਆਂ 68 ਸੀਟਾਂ ਆ ਗਈਆਂ ਸੀ ਉਹਦੇ ਵਿੱਚੋਂ ਸ਼ਾਇਦ 40 ਜਾਂ 42 ਸੀਟਾਂ ਤੇ ਇਕੱਲੀ CPI(M) ਦੀਆਂ ਸੀ ਹੁਣ ਉੱਥੇ ਕੀ ਹੈ ਇਹਨਾਂ ਚਾਰਾਂ ਦੀਆਂ ਸੀਟਾਂ ਰੜਾ ਕੇ ਅੱਧੀ ਦਰਜਣ ਨਹੀਂ ਬਣਦੀਆਂ ਪਾਰਲੀਮੈਂਟ 'ਚ ਤੇ ਇਹੋ ਜੀ ਹਾਲਤ ਵਿੱਚ ਜਦੋਂ ਉਹ ਹੈਗੇ ਨੇ ਉਹ ਵੀ ਚਾਹੁੰਦੇ ਆ ਕਿਸੇ ਸੂਬੇ ਵਿੱਚ ਕੋਈ ਪਾਰਟੀ ਮਾੜਾ ਮੋਟਾ ਹੰਗਾਰਾ ਪਰਤੁੰਦਾ ਮਿਲ ਜੀਏ ਤੇ ਜੇ ਉਹ ਉਹਦੇ ਨਾਲ ਮਿਲ ਕੇ ਚੰਦਰਸ਼ੇਖਰ राव ਨਾਲ ਅਗਲੀਆਂ ਚੋਣਾਂ ਲੜਨ ਦੀ ਤਿਆਰੀ ਕਰਨਾ ਚਾਹੁੰਦੇ ਤਾਂ ਕੋਈ ਗਲਤ ਨਹੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾ ਕੇ ਉੱਥੇ ਪਹਿਲਾਂ ਤੇ ਦੱਸਿਆ ਕਿ ਅਸੀਂ ਪੰਜਾਬ 'ਚ ਕੱਡੇ ਵੱਡੇ ਵੱਡੇ ਲੀਡਰਾਂ ਨੂੰ ਹਰਾਇਆ ਤੇ ਕਿੰਨੀ ਉਹਨਾਂ ਦੀ ਬੇਇੱਜ਼ਤੀ ਹੋਈ ਹੈ ਇੱਥੇ ਜਮੰਦਰੂ ਰਾਜਾ ਜਿਹੜਾ ਸੀ ਰਾਜਪੁਰਾ ਜਮਿਆ ਕੈਪਟਨ ਅਮਰਿੰਦਰ ਸਿੰਘ ਵੀ ਬੜੀ ਬੁਰੀ ਤਰ੍ਹਾਂ ਹਾਰ ਗਿਆ ਮੌਜੂਦਾ ਮੁੱਖ ਮੰਤਰੀ ਵੀ ਹਾਰ ਗਿਆ ਤੇ ਪੰਜ ਵਾਰੀਆਂ ਦਾ ਸਾਬਕਾ ਮੁੱਖ ਮੰਤਰੀ ਵੀ ਹਾਰ ਗਿਆ ਡਿਪਟੀ ਮੁੱਖ ਮੰਤਰੀ ਵੀ ਹਾਰ ਗਿਆ ਬੀਬੀ ਪੱਠਰ ਵੀ ਹਾਰ ਗਿਆ ਸਾਰੇ ਦੇ ਸਾਰੇ ਹਾਰ ਗਏ ਇਨਾ ਸਾਰਾ ਦੱਸ ਕੇ ਤੇ ਫਿਰ ਉਹਨੇ ਆਖਿਆ ਕਿ ਕੇਂਦਰ ਚ ਰਾਜਕਰਦੀ ਪਾਰਟੀ ਗਵਰਨਰਾਂ ਦੇ ਰਹੀ ਸੂਬਿਆਂ ਦੀਆਂ ਸਰਕਾਰਾਂ ਨੂੰ ਤੰਗ ਕਰਦੀ ਹੈ ਸੂਬਿਆਂ ਦੀਆਂ ਸਰਕਾਰਾਂ ਮਿਊਸਪਲ ਕਮੇਟੀਆਂ ਬਣਾ ਛੱਡੀਆਂ ਨੇ ਇਸ ਕਰਕੇ ਬਿਹਤਰ ਆ ਕਿ ਸਾਰੇ ਮਿਲ ਕੇ ਲੜੀਏ ਜੇ ਇਦਾਂ ਤਾਂ ਉਹਨੇ ਸੱਦਾ ਦਿੱਤਾ ਸੱਦਾ ਤੇ ਲੋਕਤੰਤਰ ਦੇ ਮੁਤਾਬਕ ਠੀਕ ਹੈ ਅੱਗੂ ਦਾ ਹੰਗਾਰਾ ਕੋਈ ਕਿੰਨਾ ਦਿੰਦਾ ਤੇ ਕਿੰਨਾ ਕਿਹਦਾ ਅਸਰ ਆਮ ਲੋਕਾਂ ਤੇ ਪੈਂਦਾ ਇਹ ਤੇ ਸਮਝ ਦੱਸੂਗਾ ਨਾ ਆਗਾਜ਼ ਅੱਛਾ ਹੈ ਅੰਜਾਮ ਕੀ ਖੁਦਾ ਜਾਣੇ ਸ਼ੁਰੂਆਤ ਤੇ ਚੰਗੀ ਕਰ ਲਈ ਬਿਲਕੁਲ ਪੰਨ ਸਾਹਿਬ ਸ਼ੁਰੂਆਤ ਤੇ ਚੰਗੀ ਹੈ ਬਾਕੀ ਦੇਖਦੇ ਅੱਗੇ ਹੁੰਦਾ ਕੀ ਹੈ ਤੁਸੀਂ ਪੰਨ ਸਾਹਿਬ ਰੋਜ਼ ਤਰ੍ਹਾਂ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਸੋ ਪ੍ਰੋਗਰਾਮ ਵਿੱਚ ਤੇਸ ਬਾਤ ਕਰਦੇ ਆ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੀ